ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹਿਨ ਜੀ ਕਾਂਡਿਆ ਜਿਨਾ ਨੇਹ ਦੁ ਜਾਣੇ ਲੱਗਾ ਚੂਰ ਮਰੋ ਸੇ ਵੰਡਿਆ ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀ ਲਾਲ ਲਾਲ ਪਿਆਰਾ ਇਹ ਮਹਿੰਜਾ ਆਸਰਾ ਜਗਤ ਗੁਰੂ ਤਨ 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 ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਤੋਂ ਉਚਾਰਨ ਪਾਵਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ ਅੱਜ 13ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ ਆਪ ਬਹੁਤ ਹੀ ਪਿਆਰ ਸਹਿਤ ਫਤਿਹ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਨੂੰ ਇੱਕ ਮਨੋਰਥ ਦਿੰਦੇ ਹਨ ਕਿ ਸੱਚਾਰ ਕਿਵੇਂ ਬਣੀਏ ਕਿਮ ਸੱਚਾਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਕੂੜ ਦੀ ਦੀਵਾਰ ਕਿਵੇਂ ਟੁੱਟੇ ਜੀਵ ਸੱਚਾਰ ਕਿਵੇਂ ਬਣੇ ਇਹਦਾ ਇੱਕੋ ਇੱਕ ਸਾਧਨ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰੱਬੀ ਰਜ਼ਾ ਦੇ ਵਿੱਚ ਰਾਜ਼ੀ ਹੋ ਜਾਣਾ ਉਹਦੀ ਹੁਕਮਾਂ 'ਚ ਜ਼ਿੰਦਗੀ ਨੂੰ ਬਤੀਤ ਕਰਨਾ ਜਿਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਜਪ ਇਸ ਬਾਣੀ ਦਾ ਨਾਮ ਹੈ ਜਪ ਕਿਦਾ ਕਰਨਾ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਸੈਭੰਗ ਤੱਕ ਅੱਠ ਗੁਣ ਨੇ ਕਿਵੇਂ ਕਰਨਾ ਹੈ ਗੁਰਪ੍ਰਸਾਦ ਗੁਰੂ ਦੇ ਗਿਆਨ ਦੇ ਦੁਆਰਾ ਤੇ ਸਚਿਆਰ ਬਣ ਕੇ ਸੁਣ ਕੇ ਮੰਨ ਕੇ ਜੀਵਨ ਵਿੱਚ ਗੁਨਾ ਨੂੰ ਢਾਲ ਕੇ ਰੱਬੀ ਗੁਨਾ ਨੂੰ ਜੀਵਨ ਛਡਾਲਣਾ ਹੀ ਜਪ ਹੈ ਇਸ ਜਪ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ ਤੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਉਹ ਜਪ ਰਹੇ ਨੇ ਗੁਰੂ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਨੂੰ ਜੂ ਰਹੇ ਨੇ ਤੇ ਗੁਰੂ ਦੇ ਹੁਕਮ ਨੂੰ ਮੰਨਣ ਨਾਲ ਕੀ ਹੋਏਗਾ ਗੁਰੂ ਨਾਨਕ ਪਾਤਸ਼ਾਹ ਅੱਜ ਸਾਡੇ ਜੀਵਾਂ ਤੇ ਮਹਿਰਮਤ ਕਰ ਰਹੇ ਹਨ ਮੰਨੈ ਸੁਰਤ ਹੋਵੈ ਮਨ ਬੁੱਧ ਇੱਥੇ ਹੁਣ ਮੰਨੈ ਨੰਨੇ ਨੂੰ ਦਲਾਮਾ ਆ ਗਈਆਂ ਤਾਂ ਆਪ ਮੰਨਣ ਨਾਲ ਮੰਨਣ ਨਾਲ ਕੀ ਹੁੰਦਾ ਕੁਝ ਨਿਸ਼ਾਨੀਆਂ ਨੇ ਮਨੋ ਜਿਵੇਂ ਜਿਵੇਂ ਅਸੀਂ ਠੰਡੇ ਮੁਲਕਾਂ ਵੱਲ ਜਾਈਏ ਜਾਂ ਪਹਾੜਾਂ ਵੱਲ ਜਾਈਏ ਮਨੋ ਕਸ਼ਮੀਰ ਵੱਲ ਜਾਈਏ ਜਿਵੇਂ ਜਿਵੇਂ ਅਸੀਂ ਕਸ਼ਮੀਰ ਦੇ ਨੇੜੇ ਪਹੁੰਚਦੇ ਹਾਂ ਕਿਲੋਮੀਟਰ ਮੀਲ ਪੱਥਰ ਉੱਪਰ ਲਿਖੇ ਆ ਜਾਂਦੇ ਨੇ ਇੰਨੇ ਕਿਲੋਮੀਟਰ ਦੂਰ ਰਹਿ ਗਿਆ ਕਸ਼ਮੀਰ ਤੇ ਜਿਵੇਂ ਜਿਵੇਂ ਕਸ਼ਮੀਰ ਦੇ ਨੇੜੇ ਜਾਂਦੇ ਹਾਂ ਪਹਿਲਾਂ ਪਹਾੜ ਆਣੇ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਛੋਟੇ ਪਹਾੜ ਫਿਰ ਵੱਡੇ ਪਹਾੜ ਫਿਰ ਪਹਾੜਾਂ ਵਿੱਚ ਉਚਰਨੇ ਫਿਰ ਜਿਵੇਂ ਜਿਵੇਂ ਗਏ ਜਾਈਏ ਫਿਰ ਬਰਫ਼ਾਂ ਲੱਦੇ ਪਹਾੜ ਫਿਰ ਠੰਡਕ ਆਣੀ ਸ਼ੁਰੂ ਹੋ ਜਾਂਦੀ ਹੈ ਠੜ ਬਦਲਣ ਲੱਗ ਜਾਂਦੀ ਹੈ ਫੁੱਲਾਂ ਦੀ ਸੁਗੰਧੀ ਆਨ ਲੱਗ ਜਾਂਦੀ ਹੈ ਵਾਦੀਆਂ ਦੀ ਸੁਗੰਧ ਚਾਰੇ ਤਰਫ ਫੈਲ ਜਾਂਦੀ ਹੈ ਮਤਲਬ ਕਸ਼ਮੀਰ ਦੇ ਨੇੜੇ ਪਹੁੰਚ ਰਹੇ ਹਾਂ ਤੇ ਕਸ਼ਮੀਰ ਦਾ ਤੇ ਆਨੰਦ ਉਹਦਾ ਕੁਦਰਤ ਦਾ ਸੁਹਾਵਣਾ ਰੂਪ ਉਹ ਤੇ ਮਾਲਕ ਨੇ ਵੱਖਰਾ ਹੀ ਦਿੱਤਾ ਹੈ ਇਸੇ ਤਰ੍ਹਾਂ ਮੰਨਣ ਵਾਲੀ ਦੀ ਜ਼ਿੰਦਗੀ ਦੀ ਨਿਸ਼ਾਨੀ ਕੀ ਹੈ ਉਹਦੀ ਨਿਸ਼ਾਨੀ ਵੀ ਇਹ ਹੈ ਉਹਦਾ ਵੀ ਮਨ ਸੋਹਣਾ ਬਣਨ ਲੱਗ ਜਾਂਦਾ ਹੈ ਬੁੱਧੀ ਉਹਦੀ ਨਿੱਖਰ ਕੇ ਪੇਸ਼ ਹੁੰਦੀ ਹੈ ਪਰਖ ਵਾਲੀ ਬਣ ਜਾਂਦੀ ਹੈ ਸੂਝ ਪੈਦਾ ਹੋ ਜਾਂਦੀ ਹੈ ਮਨੈ ਸੁਰਤ ਸੁਰਤ ਮੈਨੇ ਸੂਝ ਹੋਵੇ ਸੂਝ ਪੈਦਾ ਹੋ ਜਾਂਦੀ ਹੈ ਮਨ ਬੁੱਧ ਮਨ ਵਿੱਚ ਤੇ ਬੁੱਧ ਵਿੱਚ ਜਾਗਰਤੀ ਆ ਜਾਂਦੀ ਸੂਝ ਪੈਦਾ ਹੋ ਜਾਂਦੀ ਹੈ ਉਹਦੇ ਮਨ ਵਿੱਚ ਸੂਝ ਪੈਦਾ ਹੁੰਦੀ ਹੈ ਬੁੱਧੀ ਪਰਖ ਵਾਲੀ ਬਣ ਜਾਂਦੀ ਹੈ ਨਿਰਣਾ ਸਹੀ ਤੇ ਗਲਤ ਦਾ ਨਿਰਣਾ ਕਰਕੇ ਸਹੀ ਨੂੰ ਫੜ ਲੈਂਦੀ ਹੈ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਯਾਦ ਰੱਖਿਓ 24 ਘੰਟਿਆਂ ਚ ਮਨੁੱਖ ਦੇ ਮਨ ਦੇ ਵਿੱਚ ਲਗਭਗ 60000 ਵਿਚਾਰ ਹੁੰਦੇ ਨੇ ਜਿਹੜੇ ਬੜੇ ਬੇਕੜੇ ਨੇ ਬੇਤਰਤੀਬੇ ਨੇ ਕੁਝ ਚੰਗੇ ਨੇ ਕੁਝ ਬੁਰੇ ਨੇ ਮਨ ਜਿਹੜਾ ਹੈ ਉਹ ਪਲ-ਪਲ ਬਦਲਦਾ ਹੈ ਕਦੀ ਇਹ ਮਨ ਜਿਹੜਾ ਹੈ ਇਹ ਗੁਰਦੁਆਰੇ ਆ ਕੇ ਸੋਚਦਾ ਹੈ ਅੱਜ ਸਾਰੀ ਸਮਾਪਤੀ ਕਰਾ ਕੇ ਜਾਵਾਂ ਕਦੀ ਆ ਕੇ ਸੋਚਦਾ ਹੈ ਬਸ ਹੁਣੇ ਕਿੜਾ ਪ੍ਰਸ਼ਾਦੀ ਦੇਖ ਲੈ ਕੇ ਤੁਰ ਪਾਂ ਕਦੀ ਇਹ ਮਨ ਆਖਦਾ ਹੈ ਅੱਜ ਲੰਗਰ ਛੱਕ ਕੇ ਪਾਂਡੇ ਸਾਫ਼ ਕਰਕੇ ਸੇਵਾ ਕਰਕੇ ਜਾਣੇ ਕਦੀ ਇਹੀ ਮਨ ਆਖਦਾ ਹੈ ਕਿ ਮੇਰਾ ਝੂਠਾ ਥਾਲ ਵੀ ਕੋਈ ਹੋਰ ਚੁੱਕ ਕੇ ਲੈ ਜਾਏ ਕਦੀ ਇਹੀ ਮਨ ਜਿਹੜਾ ਗੁਆਂਢ ਵਿੱਚ ਗੁਰਦੁਆਰਾ ਹੋਵੇ ਉੱਠ ਕੇ ਜਾਣ ਨੂੰ ਤਿਆਰ ਨਹੀਂ ਇਸ ਮੇਰੇ ਕੋਲ ਸਮਾਂ ਨਹੀਂ ਕੰਮ ਬੜੇ ਨੇ ਕਦੀ ਇਹੀ ਮਨ ਆਖਦਾ ਟੈਚੀਆਂ ਬੰਨੋ ਜਾ ਕੇ ਗੁਰਧਾਮਾਂ ਦੀ ਯਾਤਰਾ ਕਰਕੇ ਆਈਏ ਇਹ ਪਲ-ਪਲ ਬਦਲਦਾ ਹੈ ਅਨੇਕਾਂ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਔਰ ਕੁਝ ਵਿਚਾਰ ਪ੍ਰੈਕਟੀਕਲ ਹੋ ਜਾਂਦੇ ਨੇ ਜਿਹਨੂੰ ਗੁਰੂ ਜੀ ਆਖਦੇ ਨੇ ਕਬਹੂ ਜਿਹੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਕਦੀ ਤੇ ਆਪ ਨੂੰ ਕੁਚਾਈ ਦੀ ਉਚਤਾ ਤੇ ਪਹੁੰਚਣਾ ਚਾਹੁੰਦਾ ਹੈ ਕਦੀ ਜਾ ਕੇ ਵਿਕਾਰਾਂ ਦੀ ਡੂੰਗੀ ਖਾੜੀ ਚ ਡਿੱਗ ਪੈਂਦਾ ਹੈ ਸਾਹਮਣੇ ਰਹਿੰਦਾ ਕਦੀ ਤੇ ਕਿਸੇ ਦੇ ਲੱਖਾਂ ਰੁਪਏ ਵਾਪਸ ਕਰ ਆਂਦਾ ਹੈ ਇਮਾਨਦਾਰੀ ਕਦੀ ਕਿਸੇ ਦੇ ਅਠੰਡੀ ਦੇ ਉੱਪਰ ਪੈਰ ਰੱਖ ਲੈਂਦਾ ਹੈ ਇਹ ਜਾਏਗਾ ਚੁਕਲਾਂਗਾ ਇਹ ਹਾਲਤ ਹੈ ਮਨ ਪਲ ਪਲ ਬਦਲਦਾ ਹੈ ਇੱਕ ਪਲ ਕੁਝ ਅਗਲੇ ਪਲ ਕੁਝ ਕਿਉਂਕਿ ਮਨ ਹੈ ਵਿਚਾਰਾਂ ਦਾ ਸੰਗ੍ਰਹਿ ਇੱਕ ਪਲ ਕੋਈ ਵਿਚਾਰ ਅਗਲੇ ਪਲ ਕੋਈ ਵਿਚਾਰ ਮਨੋਂ ਕੋਈ ਭੋਜਨ ਕਰ ਰਿਹਾ ਹੈ ਮਨ ਦਾ ਇੱਕ ਵਿਚਾਰ ਉੱਠਿਆ ਬਸ ਪੇਟ ਭਰ ਗਿਆ ਭੋਜਨ ਬਸ ਅਜੇ ਮਨ ਇੰਨੀ ਗੱਲ ਕਹਿ ਹੀ ਰਿਹਾ ਕਿ ਪੇਟ ਭਰ ਗਿਆ ਬਸ ਅਗਲੇ ਪਲ ਮਨ ਦਾ ਵਿਚਾਰ ਬਦਲ ਜਾਂਦਾ ਹੈ ਆਖਦਾ ਇੰਨਾ ਸਵਾਦ ਭੋਜਨ ਥੋੜਾ ਹੋਰ ਕਰ ਲੈ ਇੰਨੇ ਸਵਾਦ ਰਸਗੁੱਲੇ ਇੰਨੇ ਸਵਾਦ ਗੁਲਾਬ ਜਾਮਨ ਥੋੜੇ ਹੋਰ ਖਾ ਲੈ ਅਜੇ ਖਾਣ ਹੀ ਲੱਗਦਾ ਹੈ ਅੰਦਰੋਂ ਫਿਰ ਇੱਕ ਵਿਚਾਰ ਉੱਠਦਾ ਹੈ ਮਨ ਆਖਦਾ ਨਾ 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 ਖਾਈ ਗੁਲਾਬ ਜਾਮਨ ਤੈਨੂੰ ਪਤਾ ਹੈ ਡਾਕਟਰ ਨੇ ਤੈਨੂੰ ਮਿੱਠਾ ਮਨਾ ਕੀਤਾ ਹੈ ਤੈਨੂੰ ਡਾਇਬੀਟਿਸ ਹੈ ਤੇਰੇ ਲਈ ਗੁਲਾਬ ਜਾਮਨ ਜ਼ਹਿਰ ਹੈ ਖਾਏਗਾ ਤੇ ਮਰੇਗਾ ਪਲ-ਪਲ ਮਨ ਬਦਲਦਾ ਇੱਕ ਪਲ ਕੁਝ ਕਹਿ ਰਿਹਾ ਅਗਲੇ ਪਲ ਕੁਝ ਕਹਿ ਰਿਹਾ ਮਨ ਨੂੰ ਕਿਸ ਨੂੰ ਭੁੱਖ ਲੱਗੀ ਤੇ ਮਨ ਨੇ ਇੱਕ ਆਵਾਜ਼ ਦਿੱਤੀ ਉਹ ਸਾਹਮਣੇ ਚੀਜ਼ ਪਈ ਚੁੱਕ ਕੇ ਖਾ ਲੈ ਹੁਣ ਚੁੱਕ ਕੇ ਖਾਣ ਹੀ ਲਗਿਆ ਅਗਲੇ ਪਲ ਮਨ ਦਾ ਵਿਚਾਰ ਬਦਲ ਗਿਆ ਮਨ ਆਖਦੇ ਨਾ 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 ਉਹ ਚੀਜ਼ ਨਾ ਚੁੱਕੀ ਉਹ ਚੀਜ਼ ਤੇਰੀ ਨਹੀਂ ਕਿਸੇ ਦੀ ਹੈ ਚੁੱਕੇਗਾ ਚੋਰੀ ਮੰਨੀ ਜਾਏਗੀ ਲੋਕ ਕੀ ਕਹਿਣਗੇ ਚੋਰ ਸਮਾਜਿਕ ਰਮਾਨ ਹੈ ਪ੍ਰਤਿਸ਼ਤਾ ਹੈ ਇਹਨਾਂ ਆਦਰ ਸਤਕਾਰ ਲੋਕ ਕੀ ਕਹਿਣਗੇ ਚੋਰ ਨਾ ਚੁਕੀ ਅਜੀ ਹੱਥ ਪਰ ਇੱਕ ਚਿੰਨਹੀ ਲੱਗਿਆ ਵਾਪਿਸ ਅਗਲੇ ਪਲ ਮਨ ਫਿਰ ਬਦਲ ਗਿਆ ਆਖਦੇ ਚੁਕਲੇ ਚੁਕਲੇ ਕਿਹੜਾ ਕੋਈ ਦੇਖਦਾ ਹੈ ਚੋਰੀ ਤਾਂ ਜੇ ਫੜੀ ਜਾਏ ਜੇ ਨਾ ਫੜੀ ਜਾਏ ਫਿਰ ਚੋਰੀ ਨਹੀਂ ਹੁੰਦੀ ਅਠੱਨੀ ਦੇ ਚੋਰ ਫੜੇ ਜਾਂਦੇ ਨੇ ਜ਼ਿੰਦਗੀ ਭਰ ਜੇਲ੍ਹਾਂ ਚ ਸੜੀ ਜਾਂਦੇ ਨੇ ਕੋਈ ਛੁਡਾਉਣ ਵਾਲਾ ਵੀ ਨਹੀਂ ਹੁੰਦਾ ਪਰ ਕਰੋੜਾਂ ਅਰਬਾਂ ਦੇ ਕਪਲੇ ਕਰਨ ਵਾਲੇ ਕਿਉਂਕਿ ਫੜੇ ਨਹੀਂ ਗਏ ਇਸ ਕਰਕੇ ਸਾਧ ਨੇ ਇਸ ਕਰਕੇ ਲੀਡਰ ਨੇ ਆਗੂ ਨੇ ਭਲੇ ਨੇ ਫੜੇ ਨਹੀਂ ਗਏ ਚੋਰੀ ਤਾਂ ਜੇ ਫੜੀ ਜਾਏ ਨਾ ਫੜੀ ਜਾਏ ਫਿਰ ਚੋਰੀ ਨਹੀਂ ਇਸ ਤਰ੍ਹਾਂ ਚੁੱਕ ਕਿ ਕੋਈ ਦੇਖੇ ਨਾ ਫਿਰ ਕੋਈ ਡਰ ਨਹੀਂ ਚੁੱਕਣ ਲੱਗਦਾ ਹੈ ਅਗਲੇ ਪਲ ਮਨ ਫਿਰ ਬਦਲ ਜਾਂਦਾ ਹੈ ਚੁੱਕ ਲੈ ਚੁੱਕ ਲੈ ਕਿਹੜਾ ਕੋਈ ਦੇਖਦਾ ਹੈ ਪਰ ਤੈਨੂੰ ਤੇ ਪਤਾ ਹੈ ਨਾ ਤੂੰ ਚੋਰੀ ਕੀਤੀ ਤੇ ਇਹ ਚੋਰੀ ਦਾ ਕੰਡਾ ਸਾਰੀ ਰਾਤ ਨੂੰ ਸੌਣ ਨਹੀਂ ਦੇਵੇਗਾ ਸਾਰੀ ਜ਼ਿੰਦਗੀ ਤੇਨੂੰ ਚੁਬਦਾ ਰਹੇਗਾ ਕਿ ਤੂੰ ਚੋਰ ਮਨ ਪਲ-ਪਲ ਬਦਲਦਾ ਹੈ ਕਬੂ ਜੀੜਾ ਉਬ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭੱਲੇ ਇਹ ਹਾਲਤ ਹੈ ਪਰ ਜਦੋਂ ਕੋਈ ਗੁਰੂ ਜੀ ਦੇ ਗਿਆਨ ਨੂੰ ਜ਼ਿੰਦਗੀ ਚ ਮੰਨ ਲੈਂਦਾ ਹੈ ਉਹਦਾ ਮਨ ਘੜਿਆ ਜਾਂਦਾ ਹੈ ਉਹਦੇ ਮਨ ਵਿੱਚ ਸੂਝ ਪੈਦਾ ਹੋ ਜਾਂਦੀ ਹੈ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਗੁਰੂ ਦੀ ਮਤਮਤਾਵ ਕੱਪੜਾ ਮਨ ਬਣਾ ਲੈਂਦੇ ਹੈ ਉਤਮ ਮਤ ਮੇਰੇ ਹਿਰਦੇ ਤੂੰ ਆਓ ਹੈ ਗੁਰੂ ਦੀ ਸੇਸ਼ਟ ਮਤ ਤੂੰ ਮੇਰੇ ਅੰਦਰ ਆ ਤਾਂ ਕਿ ਗੁਰ ਕਾ ਸ਼ਬਦ ਬਣਾਵਾਂ ਇਹ ਮਨ ਗੁਰ ਕਾ ਦਰਸ਼ਨ ਸੰਚੋਂ ਹਰ ਤਨ ਉਤਮ ਮਤ ਮੇਰੇ ਹਿਰਦੇ ਤੂੰ ਆਓ ਮੈਂ ਗੁਰੂ ਦੇ ਸ਼ਬਦ ਵਿੱਚ ਆਪਣਾ ਮਨ ਬਣਾ ਲਵਾਂ ਮੇਰੇ ਵਿਚਾਰ ਘੜੇ ਜਾਣ ਮੇਰਾ ਮਨ ਸੁੰਦਰ ਹੋ ਜਾਏ ਇੰਨਾ ਕਿ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੀ ਸੋਹਣੇ ਵਿਚਾਰ ਬਣ ਜਾਣ हे गुरु तू अपनी मति दे तुम करो दया मेरे साईं ऐसी मत दीजे मेरे ठाकुर सदा सदा तुत् धाई मिनु मत दे जिदे विचो चंगा मन बना सका सा मत दे हो दयाल प्रभ चित्त तु मैं आराधा ओम एहो जी मत दे मेरा मन कड़या जाए मेरे विचार चंगे हो जान जेड़ा गुरु जी दी हुक्मों नु मन लंदा है मन्ने सुरत होवे मन बुद्ध ओदे मन विच सूच पैदा हो जांदी है समझ आ जांदी है ਉਹਦਾ ਮਨ ਸਕਾਰਾਤਮਕ ਹੋ ਜਾਂਦਾ ਹੈ। ਸ਼ੁਭ ਵਿਚਾਰਾਂ ਨਾਲ ਪਰ ਜਾਂਦਾ ਹੈ। ਉਹਦੇ ਮਨ ਵਿੱਚ ਉਹ ਨੈਗੇਟਿਵਿਟੀ ਮੁੱਕ ਜਾਂਦੀ ਹੈ। ਪੋਜ਼ਿਟਿਵਿਟੀ ਆ ਜਾਂਦੀ ਹੈ। ਉਹਦੀ ਸੋਚ ਸਕਾਰਾਤਮਕ ਹੋ ਜਾਂਦੀ ਹੈ। ਸੋਚ ਭਲੇ ਦੀ ਹੋ ਜਾਂਦੀ ਹੈ। ਸੋਚ ਸੁਖ ਤੇ ਆਨੰਦ ਦੀ ਹੋ ਜਾਂਦੀ ਹੈ। ਔਰ ਇਹ ਸੋਚ ਜਿਹੜੀ ਹੈ ਇਹ ਜਿਹੜੀ ਥਿੰਕਿੰਗ ਹੈ ਇਹੀ ਸਾਡੇ ਜੀਵਨ ਨੂੰ ਬਣਾਉਂਦੀ ਹੈ ਅਸੀਂ ਸੁਖੀ ਹੋਣਾ ਹੈ ਕਿ ਦੁਖੀ ਹੋਣਾ ਹੈ। ਅਸੀਂ ਰੋਣਾ ਹੈ ਜਾਂ ਸ਼ਾਂਤ ਹੋਣਾ ਹੈ। ਸਾਡੇ ਮਨ ਦੇ ਵਿਚਾਰ ਸਾਡੇ ਜੀਵਨ ਨੂੰ ਕੱਢ ਲੈਂਦੇ ਨੇ ਜੇ ਵਿਚਾਰ ਹੀ ਨੈਗੇਟਿਵਿਟੀ ਵਾਲੇ ਹੋਣਗੇ ਸਾਡੀ ਜ਼ਿੰਦਗੀ ਨੈਗੇਟਿਵਿਟੀ ਨਾਲ ਭਰ ਜਾਏਗੀ ਜੇ ਵਿਚਾਰ ਸਕਾਰਾਤਮਕ ਸੋਚ ਵਾਲੇ ਹੋਣਗੇ ਸਾਡੀ ਜ਼ਿੰਦਗੀ ਸਕਾਰਾਤਮਕ ਹੋ ਜਾਏਗੀ ਜਿਹੜਾ ਮਨੁੱਖ ਇਹ ਗੱਲ ਆਖਦਾ ਹੈ ਨਾ ਕਿ ਨਾਮ ਜਪਣ ਨਾਲ ਦੁੱਖ ਦੂਰ ਹੋ ਜਾਂਦੇ ਨੇ ਪਾਪ ਮੁੱਕ ਜਾਂਦੇ ਨੇ ਕਲੇਸ਼ ਮੁੱਕ ਜਾਂਦੇ ਨੇ ਜ਼ਿੰਦਗੀ ਦੇ ਵਿੱਚੋਂ ਲੜਾਈਆਂ ਝਗੜੇ ਖਤਮ ਹੋ ਜਾਂਦੇ ਨੇ ਦੁਸ਼ਵੈਸ਼ ਈਰਖਾ ਮੁੱਕ ਜਾਂਦੀ ਹੈ ਨਹੀਂ ਮੁਕਦੀ ਉਹਦੇ ਪਿੱਛੇ ਇੱਕ ਕਾਰਨ ਹੈ ਕੁਈ ਕਵੇ ਨਾਮ ਜਪਣ ਨਾਲ ਮੇਰੇ ਦੁੱਖ ਮੁੱਕ ਜਾਂਦੇ ਨੇ ਨਹੀਂ ਮੁੱਕਣਗੇ ਕਾਰਨ ਕੀ ਹੈ ਇੱਕ ਦੋ ਧਾਰਨਾ ਲੈ ਕੇ ਸਮਝ ਲੈਣੇ ਆ ਕੋਈ ਬੱਚਾ ਨਵਾਂ ਨਵਾਂ ਸਾਈਕਲ ਚਲਾਉਣਾ ਸਿੱਖੇ ਨਾ ਤੇ ਪਹਿਲੇ ਦਿਨ ਆਪ ਇਕੱਲਾ ਸਾਈਕਲ ਲੈ ਕੇ ਬਾਹਰ ਨਿਕਲ ਆਏ ਸੜਕ ਤੇ ਚੌੜੀ ਗਲੀ ਹੋਵੇ 40 ਫੁੱਟ ਦੀ ਤੇ ਸਾਈਕਲ ਚਲਾ ਰਿਹਾ ਹੋਵੇ ਤੇ ਦੂਰ ਉਹਨੂੰ ਇੱਕ ਕੋਨੇ ਤੇ ਪਿਆ ਪੱਥਰ ਨਜ਼ਰ ਆ ਜਾਏ ਤੇ ਉਹ ਮਨ ਵਿੱਚ ਪਤਾ ਕੀ ਸੋਚਦਾ ਕਿਤੇ ਮੇਰਾ ਸਾਈਕਲ ਇਸ ਪੱਥਰ 'ਚ ਨਾ ਵੱਜ ਜਾਏ ਕਿਤੇ ਮੈਂ ਪੱਥਰ ਨਾਲ ਟਕਰਾ ਨਾ ਜਾਵਾਂ ਕਿਤੇ ਪੱਥਰ ਨਾਲ ਵੱਜ ਜਾਏ ਉਹ ਪੱਥਰ ਕੋਨੇ ਤੇ ਪਿਆ ਹੈ ਸਾਈਕਲ ਚਲਾ ਰਿਹਾ ਔਰ ਇਹੀ ਸੋਚਦਾ ਜਾ ਰਿਹਾ 40 ਫੁੱਟ ਚੌੜੀ ਸੜਕ ਹੈ ਪਰ ਸੋਚਦਾ ਜਾ ਰਿਹਾ ਉਹ ਜਿਹੜਾ ਕੋਨੇ ਤੇ ਪੱਥਰ ਪਿਆ ਮੇਰਾ ਸਾਈਕਲ ਟਕਰਾ ਨਾ ਜਾਏ ਤੇ ਜਿਵੇਂ ਜਿਵੇਂ ਸਾਈਕਲ ਚਲਾਉਂਦਾ ਉਸ ਪੱਥਰ ਨਾਲ ਹੀ ਜਾ ਕੇ ਟਕਰਾਉਂਦਾ ਹੈ ਐਡੀ ਚੌੜੀ ਸੜਕ ਛੱਡ ਕੇ ਉਸ ਪੱਥਰ 'ਚ ਹੀ ਸਾਈਕਲ ਵੱਜਦਾ ਕਿਉਂ ਉਹ ਇਸ ਕਰਕੇ ਕਿਉਂਕਿ ਉਹਨੇ ਮਨ ਵਿੱਚ ਉਸ ਪੱਥਰ ਨੂੰ ਕਨਸੈਂਟਰੇਟ ਕਰ ਲਿਆ ਧਿਆਨ ਵਿੱਚ ਲੈ ਲਿਆ ਹੁਣ ਧਿਆਨ ਉਹਦਾ ਪੱਥਰ 'ਚ ਹੈ ਤੇ ਜਿਹਦੇ ਵਿੱਚ ਧਿਆਨ ਉਧਰ ਜਾ ਰਿਹਾ ਸਾਈਕਲ ਚੌੜੀ ਸੜਕ ਛੱਡ ਕੇ ਉਹਨੇ ਧਿਆਨ ਪੱਥਰ ਤੇ ਲਗਾ ਲਿਆ ਪੱਥਰ ਵਿੱਚ ਕੇਂਦ੍ਰਿਤ ਕਰ ਲਿਆ ਮਨ ਨੂੰ ਜਦੋਂ ਕਨਸੈਂਟਰੇਟਡ ਪੱਥਰ ਉੱਪਰ ਕੀਤਾ ਪੱਥਰ ਤੇ ਜਾ ਕੇ ਵੱਜੇਗਾ ਨਾ ਜਿਹੋ ਜੀ ਸੋਚ ਹੋਏਗੀ ਫਲ ਮਿਲੇਗਾ ਸੋਚ ਹੈ ਪੱਥਰ 'ਚ ਵੱਜ ਨਾ ਜਾਏ ਪੱਥਰ ਜਦੋਂ ਧਿਆਨ ਵਿੱਚ ਲੈ ਜਾਂਦਾ ਸਾਈਕਲ ਉਧਰ ਤੁਰ ਪਿਆ ਇੱਕ ਹੋਰ ਉਦਾਹਰਨ ਦੇ ਦਿੰਦਾ ਦੋ ਟੀਮਾਂ ਖੇਡਣ ਵਾਸਤੇ ਮੈਦਾਨ ਵਿੱਚ ਉਤਰਨੀਆਂ ਨੇ ਇੱਕ ਟੀਮ ਦਾ ਕੈਪਟਨ ਆਪਣੀ ਟੀਮ ਨੂੰ ਆਖਦਾ ਹੈ ਦੇਖਿਓ ਕਿਤੇ ਹਾਰ ਨਾ ਜਾਇਓ ਬਚਾ ਕੇ ਖੇਡਿਓ ਗੋਲ ਨਾ ਖਰਾ ਬੈਠਿਓ ਆਪਾਂ ਹਾਰਨਾ ਨਹੀਂ ਦੇਖਿਓ ਕਿਤੇ ਹਾਰ ਨਾ ਜਾਇਓ ਉਹ ਸਿਖਾ ਰਹੇ ਆਪਣੇ ਟੀਮ ਦੇ ਮੈਂਬਰਾਂ ਨੂੰ ਤੇ ਖੇਡ ਦੇ ਮੈਦਾਨ ਵੱਲ ਜਾ ਰਹੇ ਤੇ ਦੂਜਾ ਟੀਮ ਦਾ ਕੈਪਟਨ ਉਹ ਆਪਣੇ ਸਾਥੀਆਂ ਨੂੰ ਕਹਿ ਰਿਹਾ ਦੇਖਿਓ ਆਪਾਂ ਜਿੱਤ ਕੇ ਆਉਣਾ ਹੈ ਆਪਾਂ ਗੋਲ ਕਰਨੇ ਨੇ ਪਰਬਾਨੀ ਕਰਨੀ ਜਿੱਤ ਕੇ ਆਉਣਾ ਹੈ ਹੁਣ ਖੇਡਣ ਤੋਂ ਪਹਿਲਾਂ ਹੀ ਫੈਸਲਾ ਹੋ ਗਿਆ ਵੀ ਕਿਹੜੀ ਟੀਮ ਨੇ ਹਾਰਨਾ ਹੈ ਤੇ ਕਿਹੜੀ ਨੇ ਜਿੱਤਣਾ ਹੈ ਜਿਹੜੀ ਟੀਮ ਦਾ ਕੈਪਟਨ ਖੁਦ ਕਹਿ ਰਿਹਾ ਦੇਖਿਓ ਹਾਰ ਨਾ ਜਾਇਓ ਗੋਲ ਨਾ ਹੋਣ ਦਿਓ ਹੁਣ ਉਹ ਟੀਮ ਡਿਫੈਂਸ ਵਿੱਚ ਖੇਡੇਗੀ ਬਚਾਈ ਕਰਦੀ ਰਹੇਗੀ ਤੇ ਜਿਹੜੀ ਟੀਮ ਦਾ ਕੈਪਟਨ ਇਹ ਕਹਿ ਰਿਹਾ ਆਪਾਂ ਜਿੱਤ ਕੇ ਮੁੜਨਾ ਹੈ ਉਹ ਟੀਮ ਅਟੈਕ ਦੀ ਪੋਜੀਸ਼ਨ ਵਿੱਚ ਖੇਡੇਗੀ ਉਹ ਅਟੈਕ ਕਰੇਗੀ ਗੋਲ ਕਰੇਗੀ ਸਭਾਵਕ ਜਿੱਤੇਗੀ ਉਹਨਾਂ ਦੀ ਸੋਚ ਵਿੱਚ ਜਿੱਤ ਹੈ ਦੂਜੀ ਟੀਮ ਦੇ ਕੈਪਟਨ ਦੀ ਸੋਚ ਦੇ ਵਿੱਚ ਹਾਰ ਹੈ ਹਾਰ ਨਾ ਜਾਈਏ ਉਹਨਾਂ ਨੇ ਹਾਰ ਤੇ ਕਨਸਟਰਟਡ ਕਰ ਲਿਆ ਹਾਰ ਨਾ ਜਾਈਏ ਉਹ ਡਿਫੈਂਸ ਵਿੱਚ ਖੇਡਣਗੇ ਤੇ ਜਿਨੇ ਆਪਣੇ ਮਨ ਨੂੰ ਪੋਜ਼ਿਟਿਵਿਟੀ ਵਿੱਚ ਜਿੱਤ ਤੇ ਲਾ ਲਿਆ ਜਿੱਤ ਕੇ ਮੁੜਾਂਗੇ ਉਹ ਜਿੱਤ ਕੇ ਹੀ ਆਏਗਾ ਸਾਡੀ ਸੋਚ ਕਿੱਧਰ ਜਾਂਦੀ ਹੈ ਨੈਪੋਲਿਨ ਬੋਨਾਪਾਰਟ ਜਦੋਂ ਇਹਨੇ ਕਿਸੇ ਦੇਸ਼ ਤੇ ਹਮਲਾ ਕਰਨਾ ਸੀ ਤੇ ਜਿਹੜੇ ਇਹਦੇ ਜਨਰਲ ਸਨ ਸੈਨਾਪਤੀ ਸਨ ਉਹ ਕਹਿਣ ਲੱਗੇ ਬੋਨਾਪਾਰਟ ਦੁਸ਼ਮਣ ਰਾਜੇ ਦੀ ਸੈਨਾ ਬਹੁਤ ਹੈ ਉਹਨਾਂ ਕੋਲ ਹਥਿਆਰ ਬੜੇ ਨੇ ਸਾਡੀ ਸੈਨਾ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਹੈ ਅਸੀਂ ਹਾਰ ਜਾਵਾਂਗੇ ਨੈਪੋਲੀਨ ਆਖਦੇ ਕੋਈ ਦੀ ਅੱਗੇ ਚੱਲ ਕੇ ਵਿਚਾਰ ਕਰਦੇ ਪੁੱਲ ਤੇ ਪਾਰ ਕਰੀਏ ਪੁੱਲ ਪਾਰ ਕੀਤਾ ਸਾਰੀ ਸੈਨਾ ਨੇ ਨੈਪੋਲੀਨ ਨੇ ਬੰਬ ਦੇ ਨਾਲ ਉਸ ਪੁੱਲ ਨੂੰ ਉਡਾ ਦਿੱਤਾ ਪਿੱਛੇ ਵਚਨ ਦਾ ਰਸਤਾ ਖਤਮ ਹੋ ਗਿਆ ਭੱਜਣ ਦਾ ਰਸਤਾ ਮੁੱਕ ਗਿਆ ਪੁੱਲ ਪਾਰ ਕਰਵਾ ਕੇ ਸੈਨਾ ਨੂੰ ਆਪ ਪੁੱਲ ਤੋੜ ਦਿੱਤਾ ਹੁਣ गिर गए ने एक पासे दरिया दूसरे पासे दुश्मन दी सेना है ते नेपोलियन ने किया ਹੁਣ ਸਾਡੇ ਸਾਹਮਣੇ ਤਿੰਨ ਰਸਤੇ ਨੇ ਪਹਿਲਾ ਰਸਤਾ ਲੜੋ ਤੇ ਹਾਰ ਜਾਓ ساری ਜ਼ਿੰਦਗੀ ਦੁਸ਼ਮਣ ਦੀਆਂ ਜੇਲਾਂ ਚ ਸੜਦੇ ਰਹੋ ਨਰਕ ਵਰਗੀ ਜ਼ਿੰਦਗੀ ਪੋਗੋ ਦੂਜਾ ਰਸਤਾ ਹੈ ਕਿ ਉਹਨਾਂ ਦੁਸ਼ਮਣਾਂ ਨਾਲ ਲੜ ਕੇ ਮਰ ਜਾਓ ਸ਼ੀਤ ਖਵਾ ਲਓਗੇ ਤੇ ਤੀਜਾ ਰਸਤਾ ਹੈ ਇੰਨੀ ਸ਼ਿੱਦਤ ਨਾਲ ਲੜੋ ਦੁਸ਼ਮਣ ਨੂੰ ਹਰਾ ਦਿਓ ਤੇ ਜੇਤੂ ਹੋ ਕੇ ਨਿਕਲੋ ਇਸ ਦੇਸ਼ ਦੇ ਬਾਦਸ਼ਾਹ ਹੋ ਜਾਓ ਤੇ ਮੈਂ ਤੀਜੀ ਚੀਜ਼ ਪ੍ਰਮਾਨ ਕਰਦਾ ਮੈਂ ਤੀਜੀ ਚੀਜ਼ ਤੁਹਾਨੂੰ ਦਿੰਦਾ ਇੰਨੀ ਸ਼ਿੱਦਤ ਨਾਲ ਲੜਾਂਗੇ ਜੇਤੂ ਹੋ ਕੇ ਨਿਭੜਾਂਗੇ ਪਿੱਛੇ ਪੁਲ ਟੁੱਟ ਗਿਆ ਪਿੱਛੇ ਜਾਣਾ ਭੁੱਲ ਜਾਓ ਹੁਣ ਇੰਨੀ ਸ਼ਿੱਦਤ ਨਾਲ ਲੜੋ ਕਿ ਜੇਤੂ ਹੋ ਜਾਓ ਜ਼ਿੰਦਗੀ ਵਿੱਚ ਕੁਝ ਕਰਨਾ ਹੈ 네ਗੇਟਿਵਿਟੀ ਦੇ ਪੁਲ ਤੋੜ ਦਿਓ ਬੁਰੀਆਂ ਆਦਤਾਂ ਦੇ ਪੁਲ ਤੋੜ ਦਿਓ ਅੱਜ ਤੋਂ ਬਾਅਦ ਝੂਠ ਦਾ ਪੁਲ ਤੋੜ ਦਿੱਤਾ ਕ੍ਰੋਧ ਦਾ ਪੁਲ ਤੋੜ ਦਿੱਤਾ ਅਗਾ ਜੇਤੂ ਹੋ ਕੇ ਨਿਭੜਨਾ ਹੈ ਹੁਣ ਜ਼ਿੰਦਗੀ ਵਿੱਚ ਸੱਚਾਈ ਪੇਸ਼ ਕਰਨੀ ਹੈ ਹੁਣ ਜ਼ਿੰਦਗੀ ਦੇ ਵਿੱਚ ਆਨੰਦ ਪੇਸ਼ ਕਰਨਾ ਹੈ ਪ੍ਰੇਮ ਪ੍ਰਗਟ ਕਰਨਾ ਹੈ ਤੋੜ ਦਿਓ ਪੁਲ 네ਗੇਟਿਵਿਟੀ ਦੇ ਨਕਾਰਾਤਮਕ ਸੋਚ ਦੇ ਪੁਲ ਤੋੜ ਦਿਓ ਪੋਜ਼ਿਟਿਵ ਹੋ ਕੇ ਅੱਗੇ ਵਧੋ ਅਗਾਹਾਂ ਕੁ ਤਰਾੰਗ ਪਿੱਛਾ ਫੇਰ ਨਾ ਮੁੜੜਾ ਨਾਨਕ ਸਿਜ ਅਬੇਹਾ ਵਾਰ ਬੋੜ ਨਾ ਹੋਵੀ ਜਨਬੜਾ ਧਰਮ ਦੀ ਦੁਨੀਆ ਚ ਵੀ ਕਰੋ ਜੇ ਤੁਹਾਡਾ ਧਿਆਨ ਇਹਦੇ 'ਤੇ ਹੈ ਕਿ ਨਾਮ ਜਪਣ ਨਾਲ ਦੁੱਖ ਦੂਰ ਹੋ ਜਾਂਦੇ ਨੇ ਕਲੇਸ਼ ਮੁੱਕ ਜਾਂਦੇ ਨੇ ਤੁਸੀਂ ਦੁੱਖਾਂ ਤੇ ਕਲੇਸ਼ਾਂ ਨੂੰ ਵੱਡਾ ਸਮਝ ਬੈਠੇ ਨਾਮ ਨੂੰ ਛੋਟਾ ਸਮਝ ਲਿਆ ਦੁੱਖਾਂ ਨੂੰ ਵੱਡਾ ਸਮਝੀ ਬੈਠੇ ਹੋਏ ਬੜੇ ਵੱਡੇ ਨੇਮ ਜਪਣ ਨਾਲ ਮੁੱਕਣਗੇ ਦੁੱਖਾਂ ਨੂੰ ਕਨਸੈਂਟਰੇਟ ਕੀਤਾ ਦੁੱਖ ਆ ਹੀ ਜਾਣਗੇ ਹਾਂ ਇਦਾਂ ਕਹੋ ਨਾਮ ਜਪਣ ਨਾਲ ਸੁੱਖ ਆ ਜਾਂਦੇ ਨੇ ਨਾਮ ਜਪਣ ਨਾਲ ਸ਼ਾਂਤੀ ਆ ਜਾਂਦੀ ਹੈ ਨਾਮ ਜਪਣ ਨਾਲ ਆਨੰਦ ਮਿਲ ਜਾਂਦਾ ਹੈ ਜਦੋਂ ਸੁੱਖ ਸ਼ਾਂਤੀ ਆਨੰਦ ਦੇ ਉੱਪਰ ਤੁਸੀਂ ਕਨਸੈਂਟਰੇਟ ਕਰੋਗੇ ਤੇ ਨਾਮ ਤੁਹਾਨੂੰ ਸੁੱਖ ਸ਼ਾਂਤੀ ਆਨੰਦ ਦੇ ਦੇਵੇਗਾ ਤੁਹਾਡੀ ਸੋਚ ਦੁੱਖਾਂ ਨੂੰ ਵੱਡਾ ਸਮਝਦੀ ਹੈ ਜਾਂ ਸੁੱਖਾਂ ਨੂੰ ਆਨੰਦ ਨੂੰ ਮਹਾਨ ਸਮਝਦੀ ਹੈ ਇਹ ਤੁਹਾਡੇ ਤੇ ਨਿਰਭਰ ਹੈ ਤੁਸੀਂ ਦੁੱਖ ਨੂੰ ਮਹਾਨ ਸਮਝ ਕੇ ਉਹਨੂੰ ਇਕੱਠੇ ਕਰਨਾ ਹੈ ਆਨੰਦ ਨੂੰ ਮਹਾਨ ਸਮਝ ਕੇ ਉਹਨੂੰ ਇਕੱਠਾ ਕਰਨਾ ਹੈ ਜੇ ਕਹੋਗੇ ਨਾਮ ਜਪਣ ਨਾਲ ਆਨੰਦ ਆ ਜਾਂਦਾ ਹੈ ਜ਼ਿੰਦਗੀ 'ਚ ਚੜ੍ਹਦੀ ਕਲਾ ਆ ਜਾਂਦੀ ਹੈ ਤੁਹਾਡੇ ਇਹ ਪੋਜਿਟਿਵਿਟੀ ਵਾਲੇ ਬੋਲ ਤੁਹਾਨੂੰ ਚੜ੍ਹਦੀ ਕਲਾ 'ਚ ਲੈ ਜਾਣਗੇ। ਇਹੀ ਕਾਰਨ ਜਦੋਂ ਦੋ ਗੁਰਸਿੱਖ ਇੱਕ ਦੂਜੇ ਨੂੰ ਆਪਸ 'ਚ ਮਿਲਦੇ ਨੇ ਉਹ ਇਹ ਨਹੀਂ ਕਹਿੰਦੇ ਟੈਂਦੀ ਕਲਾ 'ਚ ਮਾਰੇਗੇ, ਲੁੱਟੇਗੇ, ਕੱਖ ਨਹੀਂ ਰਿਆ, ਦੁਖਹੀਆਂ, ਨਿਰਾਸ਼ਾਂ। ਉਹ ਇਹ ਗੱਲ ਆਖਦੇ ਨੇ ਅਸੀਂ ਵਾਹਿਗੁਰੂ ਜੀ ਦੇ ਬਣਾਏ ਹੋਏ ਖਾਲਸੇ ਆਂ, ਜਿੱਤ ਵੀ ਉਹ ਦੇਣ ਵਾਲਾ ਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 네ਗੇਟਿਵਿਟੀ ਬਲ ਜਾਂਦੇ ਨਹੀਂ ਪੋਜਿਟਿਵਿਟੀ ਸੋਚ ਰਹੇ ਨੇ। ਬੜੋ ਗੁਰੂ ਜੀ ਦੇ ਬਚਨ, ਦੁੱਖ ਨਹੀਂ ਸੁੱਖ ਹੀ ਹੈ ਰੇ। ਇਕ ਹੈ ਇਕ ਹੀ ਨਿਤਾ ਬੁਰਾ ਨਹੀਂ ਸਭ ਪੁਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤੇ ਹਾਰ ਤੇ ਹੈ ਨਹੀਂ ਜਿੱਤੀ ਜਿੱਤਾ ਇੱਥੇ ਤੇ ਚੜਦੀ ਕਲਾ ਹੈ ਆਨੰਦ ਹੈ ਮਨ ਨੂੰ ਕੜ ਲਿਆ ਮਨ ਦੇ ਵਿਚਾਰ ਸਕਾਰਾਤਮਕ ਹੋ ਗਏ ਥਿੰਕਿੰਗ ਪੋਜੀਟਿਵ ਹੋ ਗਈ ਚੜਦੀ ਕਲਾ ਜ਼ਿੰਦਗੀ ਚ ਆ ਗਈ ਉਸਾਰੂ ਸੋਚ ਪੈਦਾ ਹੋ ਗਈ ਅੱਗੇ ਵਧਣ ਦੀ ਸਮਰੱਥਾ ਪੈਦਾ ਹੋ ਗਈ ਮਨੈ ਸੁਰਤ ਹੋਵੇ ਮਨ ਬੁੱਧ ਬੁੱਧੀ ਪਰਖ ਵਾਲੀ ਹੋ ਗਈ ਬੁੱਧੀ ਵਿੱਚ ਜਾਗਰਤੀ ਆ ਗਈ ਕੋਈ ਵੀ ਬੁਰੀ ਤੋਂ ਬੁਰੀ ਆਦਤ ਅਸੀਂ 20 ਦਿਨ ਚ ਛੁਡਾ ਸਕਦੇ ਹਾਂ ਚੰਗੀ ਆਦਤ ਦਾ 20 ਦਿਨ ਵਿਆਸ ਕਰਕੇ ਅਸੀਂ ਜਿਹੜੀ ਚੀਜ਼ ਦਾ ਅਭਿਆਸ ਕਰਦੇ ਹਾਂ ਉਹ ਆ ਜਾਂਦੀ ਹੈ ਦੁੱਖਾਂ ਦਾ ਅਭਿਆਸ ਕਰਦੇ ਹਾਂ ਦੁੱਖ ਆ ਜਾਂਦੇ ਨੇ ਜਦੋਂ ਸੁੱਖਾਂ ਦਾ ਅਭਿਆਸ ਕਰਦੇ ਹਾਂ ਸੁੱਖ ਆ ਜਾਂਦੇ ਨੇ ਝੂਠ ਦਾ ਅਭਿਆਸ ਕਰਦੇ ਹਾਂ ਝੂਠ ਆ ਜਾਂਦਾ ਜਦੋਂ ਸੱਚ ਦਾ ਅਭਿਆਸ ਕਰਨ ਲੱਗ ਜਾਂਦੇ ਹਾਂ 20 ਦਿਨ ਸੱਚ ਬੋਲ ਕੇ ਦੇਖੋ ਸੱਚ ਤੁਹਾਡੀ ਜ਼ਿੰਦਗੀ ਚ ਸ਼ਾਮਲ ਹੋ ਜਾਏਗਾ ਸੱਚ ਤੁਹਾਡਾ ਸੁਭਾਅ ਬਣ ਜਾਏਗਾ ਤੁਹਾਡਾ ਅਭਿਆਸ ਹੋ ਜਾਏਗਾ 20 ਦਿਨ ਮਿੱਠਾ ਬੋਲ ਕੇ ਦੇਖੋ ਮਿਠਾਸ ਤੁਹਾਡੀ ਜ਼ਿੰਦਗੀ ਚ ਖੁੱਲ ਜਾਏਗੀ 20 ਦਿਨ ਪ੍ਰੇਮ ਤੇ ਕਰਕੇ ਦੇਖੋ ਪ੍ਰੇਮ ਤੁਹਾਡੇ ਰੋਮ-ਰੋਮ ਚ ਵਸ ਜਾਏਗਾ 20 ਦਿਨ ਦਇਆ ਕਰਕੇ ਦੇਖੋ ਤਰਸ ਨਾਲ ਭਰ ਜਾਓਗੇ ਸਾਰੀ ਦੁਨੀਆ ਦਾ ਭਲਾ ਚਾਣਾ ਸ਼ੁਰੂ ਕਰ ਦੇਓਗੇ ਤੁਹਾਡੀ ਬੁੱਧੀ ਵਿੱਚ ਜਾਗਰਤੀ ਆ ਜਾਏਗੀ ਪਰਖ ਵਾਲੀ ਬੁੱਧੀ ਉਦਲੀ ਬਾਣੀ ਨੂੰ ਪੜੋ ਵਿਚਾਰੋ ਮੰਨੋ ਮੇਰੇ ਗੁਰੂ ਜੀ ਤੇ ਆ ਕਹਿ ਰਹੇ ਨੇ ਬਾਣੀ ਵਿੱਚ ਜਦੋਂ ਸਮਝੋਗੇ ਬਾਣੀ ਚ ਗੁਰੂ ਜੀ ਆ ਕਹਿ ਰਹੇ ਹਨ ਫਿਰ ਬੁੱਧੀ ਅਕਲ ਦਾ ਵਿਸਤਾਰ ਹੋਏਗਾ ਸਮਝ ਲੱਗੇਗੀ ਮੇਰੇ ਗੁਰੂ ਜੀ ਇੱਕ ਗੱਲ ਕਹਿ ਰਹੇ ਨੇ ਅਕਲੀ ਸਾਬ ਸੇਵੀ ਹੈ ਅਕਲੀ ਪਈਏ ਮਾਨ ਅਕਲੀ ਪੜ ਕੇ 부ਜੀਏ ਅਕਲੀ ਕੀ ਚੈਦਾਨ ਨਾਨਕ ਆਖੇ ਰਾਹ ਏ ਆਇਆ ਅਸਲੀ ਧਰਮ ਦਾ ਰਸਤਾ ਧਰਮ ਦੇ ਨਾਂ ਤੇ ਤੇ ਅਕਲਾਂ ਬੰਦ ਕਰਾਈਆਂ ਗਈਆਂ ਸੋਚਣਾ ਨਹੀਂ ਬਿਲਕੁਲ ਸ਼ੰਕਾ ਨਹੀਂ ਕਰਨੀ ਜੋ ਕਿ ਸਤਿ ਵਚਨ ਕਰਕੇ ਮੰਨ ਲਓ ਕੋਈ ਸਵਾਲ ਨਹੀਂ ਕਰਨਾ ਗੁਰੂ ਜੀ ਆਖਦੇ ਨੇ ਅਕਲ ਵਰਤੋ ਜਿਹੜਾ ਅਕਲ ਤੋਂ ਬਿਨਾ ਕੋਈ ਦੱਸਦਾ ਹੈ ਨਾ ਚੁੱਪਚਾਪ ਮੰਨ ਲਓ ਉਹ ਸ਼ੈਤਾਨ ਲੋਕ ਨੇ ਉਹਨਾਂ ਤੋਂ ਬਚ ਜਾਓ ਨਾਨਕ ਆਖੇ ਰਾਹ ਏ ਹੋਰ ਗੱਲਾਂ ਸ਼ੈਤਾਨ ਸ਼ੈਤਾਨੀ ਲੋਕਾਂ ਦੀਆਂ ਗੱਲਾਂ ਨੂੰ ਛੱਡ ਦਿਓ ਅਕਲ ਦੇ ਨਾਲ ਦਾਨ ਕਰੋ ਅਕਲ ਦੇ ਨਾਲ ਪੜੋ ਅਕਲ ਦੇ ਨਾਲ ਮਾਨ ਹਾਸਲ ਕਰੋ ਅਕਲ ਦੇ ਨਾਲ ਸ਼ੁਭ ਗੁਣਾਂ ਨੂੰ ਜੀਵਨ ਚ ਲਿਆਓ ਅਕਲੀ ਸਹਿਬ ਸੇਵੀ ਐ ਅਕਲੀ ਪਾਈਏ ਮਾਨ ਅਕਲੀ ਪੜ ਕੇ 부ਜੀ ਐ ਅਕਲੀ ਕੀਚੇ ਦਾਨ ਨਾਨਕ ਆਖੇ ਰਾਹ ਇਹ ਹੋਰ ਗਲਾਂ ਸ਼ੈਤਾਨ ਸਿੱਖ ਨੂੰ ਤੱਕ ਦੀ ਧੋਖਾ ਖਾਣਾ ਹੀ ਨਹੀਂ ਸੀ ਚਾਹੀਦਾ ਕਿਉਂਕਿ ਸਿੱਖ ਦਾ ਤੇ ਗੁਰੂ ਹੀ ਸ਼ਬਦ ਹੈ ਕੋਈ ਮੂਰਤੀ ਕੋਈ ਤਸਵੀਰ ਹੁੰਦੀ ਤੇ ਉਹ ਸਾਨੂੰ ਕੀ ਦੇ ਦਿੰਦੀ ਨਾ ਪੱਥਰ ਬੋਲੇ ਨਾ ਕਿਛ ਦੇ ਉਹ ਬੋਲਦਾ ਨਹੀਂ ਕੁਛ ਦਿੰਦਾ ਵੀ ਨਹੀਂ ਸ਼ਬਦ ਨੂੰ ਕੀ ਕਰੋਗੇ ਸ਼ਬਦ ਨੂੰ ਤੇ ਪੜਨਾ ਪਏਗਾ ਨਾ ਵਿਚਾਰਨਾ ਪਏਗਾ ਤੇ ਸ਼ਬਦ ਨੂੰ ਵਿਚਾਰਨ ਵਾਲਾ ਤੇ ਵਿਚਾਰਵਾਨ ਹੋ ਜਾਂਦਾ ਹੈ ਸ਼ਬਦ ਨੂੰ ਸਮਝਣ ਵਾਲਾ ਤੇ ਗਿਆਨਮਾਨ ਹੋ ਜਾਂਦਾ ਹੈ ਸਿੱਖ ਦਾ ਤੇ ਗੁਰੂ ਹੀ ਸ਼ਬਦ ਸੀ ਸ਼ਬਦ ਗੁਰੂ ਸੁਰਤ ਤੁੰ ਚੇਲਾ ਤੁੰ ਮੈਨੇ ਲਗਨ ਦੇ ਨਾਲ ਜਦੋਂ ਸੁਰਤੀ ਚੇਲਾ ਹੋ ਜਾਂਦੀ ਹੈ ਸ਼ਬਦ ਅਗੇ ਚੁੱਕ ਜਾਂਦੀ ਹੈ ਉਦੋਂ ਸ਼ਬਦ ਗਿਆਨ ਦੇ ਦਿੰਦੇ ਹੈ ਗੁਰੂ ਜੀ ਦੀ ਬਾਣੀ 'ਚ ਇਹ ਕਹਿ ਰਹੇ ਨੇ ਸਾਡੇ ਗੁਰੂ ਦਾ ਨਾਂ ਹੀ ਵਿਵੇਕ ਹੈ ਪਰਖ ਵਾਲੀ ਬੁੱਧੀ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕੇ ਨਾਉ ਵਿਵੇਕੋ ਜਿਹੜਾ ਪਰਖ ਵਾਲੀ ਬੁੱਧੀ ਦੇ ਦੰਦੇ ਗੁਰੂ ਦੇ ਹੁਕਮਾਂ ਨੂੰ ਮੰਨਦਾ ਹਾਂ ਮੇਰੀ ਬੁੱਧੀ ਵਿੱਚ ਸੂਝ ਆ ਜਾਂਦੀ ਹੈ ਮਨੈ ਸੁਰਤ ਹੋਵੇ ਮਨ ਬੁੱਧ ਮਨ ਵਿੱਚ ਜਾਗਰਤੀ ਬੁੱਧੀ ਵਿੱਚ ਜਾਗਰਤੀ ਆ ਜਾਂਦੀ ਹੈ ਚੰਗੀ ਪਰਖ ਵਾਲੀ ਬੁੱਧੀ ਪੈਦਾ ਹੋ ਜਾਂਦੀ ਹੈ ਫਿਰ ਐਵੇਂ ਹਰਕ ਦੇ ਪਿਛੇ ਲਾਈ ਲਗਨੀ ਬਣ ਜਾਂਦਾ ਗੁਰੂ ਦੇ ਦੱਸੇ ਹੁਕਮਾਂ ਦੇ ਉੱਪਰ ਜ਼ਿੰਦਗੀ ਬਤੀਤ ਕਰਦਾ ਹੈ ਮੰਨੈ ਸਗਲ ਭਵਨ ਕੀ ਸੁਧ ਜਦੋਂ ਗੁਰੂ ਜੀ ਦੇ ਹੁਕਮਾਂ ਨੂੰ ਮੰਨਦਾ ਹੈ ਨਾ ਬਾਣੀ ਚ ਸਗਲ ਭੌਣ ਮੈਨੇ ਸਾਰੇ ਸੰਸਾਰ ਕਾਇਨਾਤ ਪੂਰੇ ਬ੍ਰਹਿਮੰਡ ਦੀ ਸੁਧ ਮੈਨੇ ਸੋਝੀ ਹੋ ਜਾਂਦੀ ਏ ਉਹਨੂੰ ਉਹਨੂੰ ਸਮਝ ਲੱਗ ਜਾਂਦੀ ਏ ਹੁਣ ਇਹ ਨਹੀਂ ਮੈਂ ਗੁਰਦੁਆਰੇ ਸ਼ਰਾਬ ਨਹੀਂ ਪੀ ਸਕਦਾ ਮੰਨਿਆ ਗੁਰਦੁਆਰੇ ਸ਼ਰਾਬ ਨਹੀਂ ਪੀ ਸਕਦਾ ਘਰ ਪੀ ਸਕਦਾ ਘਰ ਕੋਡੇ ਰੱਖਛਦਾ ਤੇਰਾ ਵੀ ਉੱਥੇ ਪੀ ਸਕਦਾ ਗੁਰਦੁਆਰੇ ਨਹੀਂ ਜੇ ਗੁਰਦੁਆਰੇ ਝੂਠ ਬੋਲਣਾ ਮਨ ਹੈ ਬਾਹਰ ਸੜਕ ਤੇ ਖਲੋ ਕੇ ਬੋਲਣਾ ਪਰਮਾਨ ਹੈ ਹੁਣ ਉਹਨੂੰ ਸਾਰੇ ਭਮਣ ਦੀ ਸੋਝੀ ਹੋ ਜਾਂਦੀ ਮੇਰਾ ਰੱਬ ਤੇ ਸਾਰੇ ਪਾਸੇ ਹੈ ਜੇ ਮੈਂ ਗੁਰਦੁਆਰੇ ਨਹੀਂ ਸ਼ਰਾਬ ਪੀ ਸਕਦਾ ਮੇਰੇ ਘਰ ਵਿੱਚ ਤੇ ਰੱਬ ਹੈ ਨਾ ਉੱਥੇ ਕਿਵੇਂ ਪੀ ਸਕਦਾ ਜੇ ਗੁਰਦੁਆਰੇ ਝੂਠ ਬੋਲਣਾ ਮਨ ਹੈ ਬਾਹਰ ਸੜਕ ਤੇ ਤੁਰਿਆ ਜਾਣਾ ਉੱਥੇ ਵੀ ਤੇ ਮੇਰਾ ਰੱਬ ਹੈ ਉੱਥੇ ਕਿਵੇਂ ਝੂਠ ਬੋਲ ਸਕਦਾ ਉੱਥੇ ਕਿਵੇਂ ਕਿਸੇ ਦਾ ਹੱਕ ਮਾਰ ਸਕਦਾ ਜੇ ਗੁਰਦੁਆਰੇ ਆ ਕੇ ਲੜਾਈ ਝਗੜਾ ਨਹੀਂ ਕਰ ਸਕਦਾ ਤੇ ਆਪਣੇ ਪਰਿਵਾਰ ਵਿੱਚ ਕਿਵੇਂ ਕਰ ਸਕਦਾ ਉੱਥੇ ਰੱਬ ਨਹੀਂ ਹੈ ਉਨ ਸਾਰਿਆਂ ਪਵਣਾਂ ਦੀ ਸੋਚੀ ਹੋ ਜਾਂਦੀ ਹੈ ਕਿ ਜਲ ਥਲ ਮਹੀਲ ਪੂਰਿਆ ਰਬਿਆ ਵਿੱਚ ਵਣਾ ਉਤੇ ਪਾਣੀ ਹਵਾ ਜ਼ਮੀਨ ਵਣਾ ਜੰਗਲਾਂ ਦੇ ਪੱਤਿਆਂ ਪੱਤਿਆਂ ਚੀ ਹੈ ਜਿੱਥੇ ਜਾਓ ਉੱਥੇ ਹੀ ਹੈ ਤੇ ਜਦੋਂ ਸਭ ਥਾਵਾਂ ਤੇ ਦੇਖਦਾ ਫਿਰ ਕਿਤੇ ਉਹ ਪਾਪ ਕਰ ਨਹੀਂ ਸਕਦਾ ਫਿਰ ਨਾ ਕਿਤੇ ਝੂਠ ਬੋਲ ਸਕਦਾ ਨਾ ਕ੍ਰੋਧ ਨਾ ਨਿੰਦਿਆ ਨਾ ਚੁਗਲੀ ਨਾ ਜੂਆ ਨਸ਼ਰਾਬ ਨਾ ਨਸ਼ਾ ਗੁਰੂ ਦਾ ਹੁਕਮ ਜਦੋਂ ਮੰਦਿਆ ਨੂੰ ਸਾਰਿਆਂ ਭਵਨਾਂ ਦੀ ਸੂਜੀ ਹੋ ਜਾਂਦੀ ਹੈ ਉਹ ਤੇ ਹਰ ਭਵਨ ਦੇ ਵਿੱਚ ਹੈ ਜਲਥਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਪਰ ਦੁੱਖ ਪਤਾ ਕਿਸ ਗੱਲ ਦਾ ਹੈ ਜਦੋਂ ਅਸੀਂ ਵਰਤੋ ਵਿਹਾਰ ਕਿਸੇ ਨਾਲ ਕਰਦੇ ਹਾਂ ਸਾਨੂੰ ਯਾਦ ਨਹੀਂ ਰਹਿੰਦਾ ਸੋ ਪ੍ਰਭ ਚਿਤ ਨਾ ਆ ਬਈ ਕਹਿੰਦੇ ਤੇ ਹਾਂ ਵੀ ਰੱਬ ਸਾਰਿਆਂ ਥਾਂਵਾਂ ਤੇ ਹੈ ਸਾਰਿਆਂ ਵਿੱਚ ਹੈ ਪਰ ਜਦੋਂ ਕਿਸੇ ਨਾਲ ਵਿਹਾਰ ਕਰਨਾ ਹੋਵੇ ਉਦੋਂ ਯਾਦ ਭੁੱਲ ਜਾਂਦਾ ਹੈ ਕਿ ਮੇਰੀ ਮਾਂ ਵਿੱਚ ਵੀ ਤੇ ਹੈ ਮੇਰੇ ਪਿਤਾ ਵਿੱਚ ਵੀ ਤੇ ਹੈ ਮੇਰੇ ਬੱਚਿਆਂ ਵਿੱਚ ਵੀ ਹੈ ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਿਣਾ ਮੈਂ ਕਿੱਡੇ ਵੱਡੇ ਦੁੱਖ ਦੀ ਗਿਣਤੀ ਕਰਾਂ ਦੁੱਖ ਉਦੋਂ ਹੁੰਦਾ ਜਦੋਂ ਕਹਿੰਦਾ ਤੇ ਹਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਵਿਹਾਰ ਕਰਨ ਲੱਗਿਆਂ ਚੇਤਾ ਭੁੱਲ ਜਾਂਦਾ ਵੀ ਮੇਰੀ ਮਾਪਿਓ ਵਿੱਚ ਵੀ ਹੈ ਮੇਰੇ ਪਤੀ ਜਾਂ ਮੇਰੀ ਪਤਨੀ ਵਿੱਚ ਵੀ ਹੈ ਮੇਰੇ ਗਵਾਂਡੀਆਂ ਵਿੱਚ ਵੀ ਹੈ ਉਦੋਂ ਚੇਤ ਹੀ ਨਹੀਂ ਰਹਿੰਦਾ ਜ਼ਬਾਨ ਕਹਿੰਦੀ ਹੈ ਜਲ-ਥਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਜਦੋਂ ਵਿਹਾਰ ਕਰਨ ਦੀ ਵਾਰੀ ਆਉਂਦੀ ਹੈ ਸੋ ਪ੍ਰਭ ਚਿਤ ਨਾ ਆਵਈ ਨਹੀਂ ਨਾ ਯਾਦ ਰਹਿੰਦਾ ਗਵਾਂਡੀ ਨਾਲ ਗੱਲ ਕਰਨ ਲੱਗਿਆਂ ਮਾਪੇ ਨਾਲ ਗੱਲ ਕਰਨ ਲੱਗਿਆ ਨਹੀਂ ਨਾ ਯਾਦ ਰਹਿੰਦਾ ਰਿਸ਼ਤੇਦਾਰਾਂ ਨਾਲ ਕਿਸੇ ਨਾਲ ਗੱਲ ਕਰਨ ਲੱਗਿਆ ਨਹੀਂ ਨਾ ਯਾਦ ਰਹਿੰਦਾ ਸੋ ਪਰਵ ਚਿੱਤ ਨਾ ਵੀ ਉਹ ਚੇਤੇ ਨਹੀਂ ਰਹਿੰਦਾ ਭੁੱਲ ਜਾਂਦਾ ਕਿਤੜਾ ਦੁੱਖ ਗਣਾ ਇਤੋਂ ਵੱਡਾ ਦੁੱਖ ਕੀ ਹੈ ਪਰ ਜਦੋਂ ਗੁਰੂ ਦੇ ਹੁਕਮਾਂ ਨੂੰ ਕੋਈ ਮੰਨ ਲੈਂਦਾ ਫਿਰ ਨਹੀਂ ਉਹ ਭੁੱਲਦਾ ਉਹਨੂੰ ਸਾਰਿਆਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਜਿੱਥੇ ਵੀ ਜਾਣਾ ਮੇਰਾ ਰੱਬ ਹੈ ਸਾਰਿਆਂ ਭਵਨਾਂ ਵਿੱਚ ਜੈ ਵਿਸਾਲ ਹੈ ਤੇ ਬੈਸਾ ਸੁਆਮੀ ਜੈ ਭੀਜੇ ਤੇ ਜਾਵਾਂ ਸਭ ਰਗਰੀ ਮੈਂ ਇੱਕੋ ਰਾਜ ਸਭੈ ਪਵਿੱਤ ਹੈ ਥਾਮਾ ਮੰਨੇ ਸਗਲ ਪਵਣ ਕੀ ਸੁਧ ਉਹ ذره ذره ਵਿੱਚ ਰੱਬ ਨੂੰ ਦੇਖ ਲੈਂਦਾ ਹੈ ਮੰਨੇ ਮੂੰ ਚੋਟਾ ਨਾ ਖਾਏ ਮੂੰ ਚੋਟਾ ਖਾਣੀਆਂ ਮੈਨੇ ਨਮੋ ਸ਼ੀਸ਼ਰਿੰਦਗੀ ਹਾਸਲ ਕਰਨੀ ਸ਼ਰਮਿੰਦੇ ਹੋਣਾ ਹੁਣ ਕੋਈ ਪੜਿਆ ਲਿਖਿਆ ਆਫੀਸਰ ਹੋਵੇ ਚਿੱਟਾ ਦਾੜਾ ਵੀ ਆ ਜਾਏ ਲੱਖ ਰੁਪਿਆ ਤਨਖਾਹ ਵੀ ਮਹੀਨਾ ਲੈਂਦਾ ਹੋਵੇ ਤੇ 250 ਰੁਪਏ ਰਿਸ਼ਾ ਕਮਾਣ ਵਾਲੇ ਨੂੰ ਕਵੇ ਮੈਨੂੰ ਰਿਸ਼ਵਤ ਦੇ ਕਿੱਡੀ ਨਮੋਸ਼ੀ ਦੀ ਗੱਲ ਹੈ ਸ਼ਰਮਿੰਦਗੀ ਹੈ ਨਾ ਇਹ ਲੱਖ ਰੁਪਏ ਲੈ ਕੇ ਤੂੰ ਰੱਜਿਆ ਨਹੀਂ ਜਿਹੜਾ 250 ਰੁਪਏ ਇੱਕ ਦਿਨ ਦਾ ਕਮਾ ਕੇ ਘਰ ਦਾ ਗੁਜ਼ਾਰਾ ਮੁਸ਼ਕਲ ਚਲਾਉਂਦਾ ਉਸ ਰਿਕਸ਼ੇ ਵਾਲੇ ਤੂੰ ਰਿਸ਼ਵਤ ਮੰਗ ਰਿਹਾ ਨਮੋਸ਼ੀ ਹੈ ਨਾ ਪਤੀ ਪਤਨੀ ਨੂੰ ਘਰੋਂ ਬਾਹਰ ਕੱਢ ਦੇਵੇ ਪਤਨੀ ਪਤੀ ਨੂੰ ਮੰਦੇ ਚੰਗੇ ਬੋਲ ਬੋਲੇ ਸਮਾਜ 'ਚ ਪਤਾ ਲੱਗ ਜਾਏ ਨਮੋਸ਼ੀ ਹੈ ਨਾ ਸੱਸ ਨੂੰ ਨੂ ਘਰੋਂ ਬਾਹਰ ਕੱਢ ਦੇਵੇ ਜਾਂ ਨੂ ਸੱਸ ਨੂੰ ਘਰੋਂ ਬਾਹਰ ਕੱਢ ਦੇਵੇ ਸਮਾਜ 'ਚ ਕੀ ਜਿੱਤ ਰਹਿ ਜਾਏਗੀ ਨਮੋਸ਼ੀ ਹੈ ਨਾ ਔਗਣ ਜਦੋਂ ਵਰਤਦੇ ਆ ਨਮੋਸ਼ੀ ਹੁੰਦੀ ਸ਼ਰਮਿੰਦਗੀ ਹੁੰਦੀ ਹੈ ਪੁੱਤਰ ਪਿਤਾ ਦੇ ਸਾਹਮਣੇ ਬੋਲਦਾ ਨਮੋਸ਼ੀ ਆ ਨਾ ਕਿਉਂਕਿ ਗੁਰੂ ਜੀ ਕਹਿੰਦੇ ਨੇ ਕਾਹੇ ਪੁੱਤ ਝਗਰਤ ਹੋ ਸੰਬਾਪ ਜਿੰਨ ਕੇ ਜਣੇ ਬੜੀਰੇ ਤੂੰ ਹੋ ਤਿੰਸਿਓਂ ਝਗਰਤ ਪਾਪ ਪਰ ਉਹ ਮਨੁੱਖ ਨਮੋਸ਼ੀ ਸਹਾਰਦੇ ਔਗਣ ਕਰਕੇ ਫਿਰ ਸ਼ਮਿੰਦਾ ਹੁੰਦਾ ਪਰ ਜਿਹੜਾ ਗੁਰੂ ਦੇ ਹੁਕਮਾਂ ਨੂੰ ਮੰਨ ਲੈਂਦੇ ਉਹਨੂੰ ਨਮੋਸ਼ੀ ਨਹੀਂ ਸਾਰਨੀ ਪੈਂਦੀ ਮੰਨੇ ਮੂੰਹ ਛੋਟਾ ਨਾ ਖਾਏ ਉਹਨੂੰ ਪਤਾ ਹੈ ਮੇਰੇ ਗੁਰੂ ਨੇ ਕੀ ਆ ਕਾਹੇ ਪੁੱਤ ਝਗਰਤ ਹੋ ਸੰਬਾਪ ਮੈਂ ਆਪਣੇ ਪਿਓ ਨਾਲ ਝਗੜਨਾ ਨਹੀਂ ਹੈ ਇਸ ਕਰਕੇ ਉਹਨੂੰ ਨਮੋਸ਼ੀ ਨਹੀਂ ਹੁੰਦੀ ਉਹਨੂੰ ਸ਼ਰਮਿੰਦਗੀ ਨਹੀਂ ਸੈਣੀ ਪੈਂਦੀ ਮੰਨੈ ਜੰਮ ਕੇ ਸਾਥ ਨਾ ਜਾਏ ਐਸਾ ਮਨੁੱਖ ਜੰਮ ਕੇ ਸਾਥ ਨਾ ਜਾਏ ਮੌਤ ਦੇ ਨਾਲ ਨਹੀਂ ਜਾਂਦਾ ਭਾਵ ਆਤਮਿਕ ਮੌਤੇ ਮਰਦਾ ਨਹੀਂ ਹੈ ਆਤਮਿਕ ਤੌਰ ਤੇ ਜਿਉਂਦਾ ਰਹਿੰਦਾ ਹੈ ਕਿਸੇ ਦਾ ਹੱਕ ਮਾਰ ਕੇ ਜਮੀਰ ਨਹੀਂ ਮਾਰਦਾ ਨਿੰਦਿਆ ਚੁਗਲੀ ਝੂਠ ਬੋਲ ਕੇ ਆਪਣੀ ਇਨਸਾਨੀਅਤ ਨੂੰ ਖਤਮ ਨਹੀਂ ਕਰਦਾ ਬਲਕਿ ਸੱਚ ਬੋਲ ਕੇ ਜਮੀਰ ਉਹਦੀ ਜਿਉਂਦੀ ਹੈ ਹੱਕ ਦੀ ਕਮਾਈ ਲੈ ਕੇ ਇਨਸਾਨੀਅਤ ਉਹਦੇ ਅੰਦਰ ਜਿਉਂਦੀ ਹੈ ਪਾਪਾਂ ਵਿਕਾਰਾਂ ਦੀ ਮੌਤ ਨਹੀਂ ਮਰਦਾ ਰੱਬ ਨੂੰ ਭੁੱਲ ਕੇ ਮਰਦਾ ਨਹੀਂ ਉਹਨੂੰ ਯਾਦ ਕਰਕੇ ਜੀਉਂਦਾ ਆਖਾਂ ਜੀਵਾ ਇਹ ਨਹੀਂ ਕਿ ਬਿਸਰੇ ਮਰ ਜਾऊं ਉਹਨੂੰ ਪਤਾ ਹੈ ਨਾਨਕ ਨਾਮ ਮਿਲੇ ਤਾਂ ਜੀਵਾ ਆਤਮਿਕ ਮੌਤ ਦੇ ਨਾਲ ਤੁਰਦਾ ਹੀ ਨਹੀਂ ਹੈ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਐਸਾ ਨਾਮ ਨਿਰੰજન ਹੋਏ ਪ੍ਰਭੂ ਦਾ ਨਾਮ ਹੀ ਐਸਾ ਨਿਰੰજન ਹੈ ਮਾਇਆ ਦੀ ਵਿਕਾਰਾਂ ਦੀ ਕਾਲਖ ਤੁਰੈਤ ਜਦੋਂ ਉਸ ਨਾਮ ਨਾਲ ਜੁੜ ਜਾਈਦਾ ਸਾਡੀ ਜ਼ਿੰਦਗੀ ਚ ਵੀ ਵਿਕਾਰ ਮੁੱਕ ਜਾਂਦੇ ਨੇ ਅਸੀਂ ਵੀ ਕਮਲ ਦੇ ਫੁੱਲ ਦੀ ਤਰ੍ਹਾਂ ਵਿਕਾਰਾਂ ਤੋਂ ਚਿੱਕੜ ਤੋਂ ਨਿਰਲੇਪ ਹੋ ਜਾਂਦੇ ਆ ਜੇ ਕੋ ਮਨ ਜਾਣੇ ਮਨ ਕੋਈ ਜੇ ਕੋਈ ਗੁਰੂ ਦੇ ਹੁਕਮਾਂ ਨੂੰ ਮੰਨ ਲਵੇ ਆਪਣੇ ਮਨ ਦੇ ਵਿੱਚ ਆਪਣੇ ਜੀਵਨ ਵਿੱਚ ਵਸਾ ਲਵੇ ਉਹਦਾ ਜੀਵਨ ਸਚਿਆਰ ਹੋ ਜਾਂਦਾ ਹੈ ਹੋਈਆ ਪੁੱਲਾਂ ਖਿਮਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ